ਅੱਜ ਬਣਾਨੇ ਕੋਈਕੈਂਡ ਈਜ਼ੀ ਲੈਂਬ ਕਬਾਬ ਇਹਨੂੰ ਬਣਾਉਣ ਦੇ ਲਈ ਚਾਹੀਦੇ ਨੇ ਸਿਰਫ ਆਪਾਂ ਨੂੰ 10 ਤੋਂ 12 ਮਿੰਟ ਇਸ ਟੇਸਟ ਸੋ ਗੁੱਡ ਇੱਕ ਵਾਰ ਖਾਓਗੇ ਬਾਰ ਬਾਰ ਖਾਓਗੇ ਇਟਸ ਲੋ ਇਨ ਕੈਲਰੀ ਹਾਈ ਇਨ ਪ੍ਰੋਟੀਨ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਮੇਕ ਇਟ ਲੈਂਬ ਕਬਾਬ ਬਣਾਉਣ ਦੇ ਲਈ ਮੈਂ ਗ੍ਰੋਸਰੀ ਸਟੋਰ ਤੋਂ ਕਬਾਬ ਲੱਕ ਕੇ ਆਇਆ ਠੀਕ ਹੈ ਇਹਦੇ ਵਿੱਚ 4 ਸਰਵ ਨੇ ਈਚ ਸਰਵ ਦੇ ਵਿੱਚ ਦੋ ਕਬਾਬ ਆ ਜਾਂਦੇ ਨੇ 294 ਕੈਲਰੀ ਸੇ 19.1 ਗ੍ਰਾਮ ਪ੍ਰੋਟੀਨ ਆ ਆਪਾਂ ਦੋ ਸਰਵ ਇਕੱਠੇ ਬਣਾਵਾਂਗੇ ਯਾਨੀ ਕਿ ਚਾਰ ਕਬਾਬ ਲਵਾਂਗੇ ਇਹ 에ਅਰ ਫਰਾਈ ਚ ਬੇਕਿੰਗ ਸ਼ੀਟ ਲਾ ਕੇ 180 ਡ ਜਿੰਨੇ ਦੇ ਆਪਣਾ ਕਬਾਬ 에ਅਰ ਫਰਾਈ ਚ ਕੁੱਕ ਹੁੰਦਾ ਆਪਾਂ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਗ੍ਰਾਈਂਡ ਕਰ ਲਾਂਗੇ ਤੁਸੀਂ ਵੈਜੀਟੇਬਲ ਵੀ ਪਾ ਸਕਦੇ ਹੋ ਇਸ 100% ਅਪ ਟੂ ਯੂ ਦੂਜੇ ਪਾਸੇ ਆਪਾਂ ਇੱਕ ਪੈਨ ਲਵਾਂਗੇ ਪੈਨ ਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਆਪਣਾ ਜੀਰਾ ਭੁੰਨ ਲਾਂਗੇ ਉਸ ਤੋਂ ਬਾਅਦ ਗ੍ਰਾਈਂਡ ਕੀਤਾ ਪਿਆਜ਼ ਟਮਾਟਰ ਉਹਦੇ ਚ ਐਡ ਕਰ ਦਾਂਗੇ ਨਾਲ ਹੀ ਆਪਾਂ ਸਾਰੇ ਮਸਾਲੇ ਐਡ ਕਰਾਂਗੇ ਲੂਣ ਕਾਲੀ ਮਿਰਚ ਲਾਲ ਮਿਰਚ ਹਲਦੀ ਗਰਮ ਮਸਾਲਾ ਜਿੰਜਰ ਗਾਰਲਿਕ ਪੇਸਟ ਇੱਕ ਚਮਚਾ ਟਮਾਟਰ ਪੇਸਟ ਦਾ ਰੰਗ ਦੇਣ ਦੇ ਲਈ ਤੇ ਸਾਰੀ ਚੀਜ਼ ਨੂੰ ਮਿਕਸ ਕਰਕੇ ਇੱਕ ਅੱਧਾ ਮਿੰਟ ਕੁੱਕ ਕਰਾਂਗੇ ਉਨੇ ਦੇ ਚ ਤੁਹਾਡੇ ਤੇ ਸਾਰੀ ਚੀਜ਼ ਨੂੰ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਕਰ ਦਾਂਗੇ ਗੈਸ ਬੰਦ ਉਤੋਂ ਫਰੈਸ਼ਲੀ ਚੌਪਡ ਧਨੀਆ ਪਾਵਾਂਗੇ ਤੁਹਾਡੇ ਕਬਾਬ ਰੈਡੀ ਹੈ ਸਰਵ ਇਟ ਐਜ਼ ਇਟ ਇਜ਼ ਯਰਸੈlf ਜਾਂ ਤੁਸੀਂ ਰੋਟੀ ਰੈਪ ਦੇ ਵਿੱਚ ਰੋਲ ਕਰਕੇ ਵੀ ਖਾ ਸਕਦੇ ਹੋ ਹੋਪ ਯੂ ਲਾਈਕ ਦਾ ਵੀਡੀਓ ਇਫ ਯੂ ਨੀਡ ਐਨੀ ਹੈਲਪ ਰਿਗਾਰਡਿੰਗ weight loss ਜਾਂ diet plan ਫੀਲ ਫਰੀ ਟੂ ਕੰਟੈਕਟ ਅਸ ਲਿੰਕ ਇਨ ਬਾਇਓ ਐਂਡ ਡੋਨਟ ਫੋਰਗੇਟ ਟੂ ਫਾਲੋ ਮੀ ਮੋਰ ਰੈਸਪੀ ਵੀਡੀਓ ਲਾਈਕ ਥਿਸ ਵਨ ਗੁੱਡ ਲੱਕ ਜੀ ਸਸਕਲ